क्योंकि हजूर पाकम ने फरमाए कोई पैगंबर नहीं आया जहाँ बकरियाँ ना चराइया सारा पैगम्बर बकरियाँ चराइया ठीक है हाँ मैं अनपढ़ जी हाँ मेरी गाल तनकीज नहीं करनी ना ही कोई गलत कमेंट करना है असलामैकुमे यूट्यूबलब मैं थोड़ा दोस्त हाजी मोहम्मद अज इक्की तरीक है अठवा महीना दो हजार चौबीस एवं मेरे को डी डी पी बकरी सेल करनी बिल्कुल मुनासिब रेट मेरा बिल्कुल वीडियो शुरू करने तो पहले मेरी छोटी जी मेरे चैनल खैर करे शुरू करें देखे कॉल नंबर लिख दिनो जीरो त्रै सौ ग्यारह सात सौ चौरासी सैंती चौंती वट्सएप नंबर जीरो तीन सौ छितालीस छह सौ अठवंजा सतानवे सोलह आओ भाई अल्लाह खैर करे आओ ਸਭ ਤੋਂ ਪਹਿਲੇ ਮੈਂ ਇਹ ਛੋਟਾ ਬੱਚਾ ਦਿਖਾਉਣਾ ਚਾਹਣਾ ਇੱਕੇ ਮਾਦੀ ਦੇ ਇਹ ਦੇਖੋ ਇਹ ਮਾਦੀ ਇਹ ਡੀਡੀਪੀ ਇਹ ਵੀ ਡੀਡੀਪੀ ਹੈ ਲੇਕਿਨ ਇਹ ਡੀਡੀਪੀ ਰਿਜਨਲ ਨਹੀਂ ਠੀਕ ਹੈ ਇੱਕ ਤਾਂ ਇਹਦੇ ਮੱਥੇ ਤੇ ਵਾਲ ਕ ਨਹੀਂ ਇਹਦੇ ਮੱਥੇ ਤੇ ਵਾਲ ਹੈ ਡੀਡੀਪੀ ਛੋਟਾ ਹੋਵੇ ਜਾਂ ਵੱਡਾ ਹੋਵੇ لازਮੀ ਮੱਥੇ ਤੇ ਵਿੰਗਰੇ ਵਾਲ لازਮੀ ਹੋਸਨ ዱਜੀ ਗਾਲ ਇਹਦੀ ਅੱਖੀ ਆਖ ਦੇਖੋ ਚਿੱਟੀ ਹੈ ਸਫੈਦ ਆਖੇ ਇਹਦੀ ਅੱਖ ਦੇਖੋ ਇਹ ਪੀਲੇ ਕਲਰ ਦੇ ਚ ਠੀਕ ਹੈ ਇਹਦੇ ਕੰਨਾਂ ਦੀ ਬਈ ਫੋਲਡਿੰਗ ਇਹ ਸੈਂਟਰ ਚ ਆ ਕੇ ਚੌੜਾ ਥੀ ਸੀ ਤੱਲੇ ਆ ਕੇ ਥੋੜਾ ਬ੍ਰੇਕ ਥੀ ਵੈਸੀ ਇਹ ਮੁਕਮਲ ਹਿੱਕੋ ਜਿਹਾ ਹੋ ਸੀ ਇਹ ਠੀਕ ਹੈ ਇਹ ਮੈਂ ਇਹ 6-7 ਮਹੀਨਾ ਦਾ ਇਹ ਮੈਂ ਖਰੀਦ ਵਾਸਤੇ ਰੱਖਾ ਹੋਇ ਇਨਸ਼ਾਅੱਲਾ ਇਹ ਜੁਮੇ ਅਲ ਦਵਾਰ ਮੈਂ ਦਾ ਖਰੀਦ ਕਰੈ ਸਾਂ ਇਹ ਕੋ ਹਲਾਲ ਕਰੈ ਸਾਂ ਜੁਮੇ ਅਲ ਦਵਾਰ ਕੁਰਾਨ ਪਾਕ ਦਾ ਖਤਮ ਪੜ੍ਹਵੈ ਸਾਂ ਇਹ ਇਨਸ਼ਾਅੱਲਾ ਸਾਂ ਜੁਮੇ ਅਲ ਦਵਾਰ ਖਰੀਦ ਕਰਨੀ ਆ ਜਾਇ ਖਾਵਣੀ ਮੇਰੀ ਤਰਫ ਆਵਣੇ ਠੀਕ ਹੈ ਹੁਣ ਪੈਸੇ ਵੀਡੀਓ ਸ਼ੁਰੂ ਕਰਾਂਦੇ ਇਹ ਜੀ ਚੱਲ ਭਾਈ ਤੂੰ ਵਾਹ ਹੁਣ ਤੇਰਾ ਨੰਬਰ ਖਤਮ ਹੋ ਗਿਆ ਵਾਹ ਇਹ ਜੋੜਾ ਦੇਖੋ ਇਹ ਜੋੜਾ ਦੇਖੋ ਇਹ ਜੋੜਾ ਘਿੰਸੋ ਥੋਾਕੂ ਮਿਲਸੀ ਸਿਰਫ 65000 ਰੁਪਏ ਦਾ ਕਿਤਨਾ ਦਾ 65000 ਰੁਪਏ ਦਾ ਇਹ ਨਰ ਮਾਦੀ ਹੈ ਇਹ ਮਾਦੀ ਹੈ ਇਹ ਨਾਰੇ ਕੱਲੀ ਘਿੰਸੋ ਇਹ ਮਿਲਸੀ 3000 ਰੁਪਏ ਦਾ ਇਹ ਮਿਲਸੀ 35000 ਰੁਪਏ ਦਾ ਇਹ ਨਰ 35 ਦਾ ਮਿਲ ਸੀ ਮਾਦੀ ਕਲੀ 30000 ਰੁਪਏ ਦੀ ਮਿਲ ਸੀ ਜੋੜਾ ਗਿਨ 65000 ਰੁਪਏ ਦਾ ਮਿਲ ਸੀ ਇਹਦੇ ਥੋੜੀ ਬੋ ਪਿਆਰ ਮੁਹਬਤ ਕਰ ਦੇ ਸਾ ਚੱਲ ਬਈ ਢੱਕ ਦੇ ਇਹ ਜਿੰਨਰ ਠੀਕ ਹੈ ਇਹ ਅਗਰ ਨਰ ਗਿਨਸੋ ਤਾਂ ਤੁਹਾਨੂੰ ਮਿਲ ਸੀ ਸਿਰਫ 30000 ਰੁਪਏ ਦਾ ਕਿੰਨਾ ਦਾ 30000 ਰੁਪਏ ਦਾ ਠੀਕ ਹੈ ਜੀ ਇਹ ਕੋਈ ਢੱਕ ਨੇ ਹਾਂ ਕੰਨਾਂ ਕੋਲ ਛਕੀਦਾ ਨਹੀਂ ਇਹ ਕੋਈ ਛੋੜ ਦੇ ਵਿਕੀ ਹੋਈ ਠੀਕ ਹੈ ਜੀ ਹੁਣ ਆ ਗਏ ਹੈ ਬਰੀਡਰ ਤੇ ਮਾਸ਼ਾਅੱਲਾ ਤਕੜਾ ਬਰੀਡਰ ਹੁਣ ਦੇਖੋ ਮੈਰੀ ਕਾਦੀ ਦੇਖੋ ਇਹ ਦੇਖੋ ਮੇਰੇ ਇਹ ਸਾਹਮਣੇ ਸੀਨੇ ਤੇ ਲੱਗਦਾ ਖੜਾ ਹੈ ਪਰਾ ਕਰ ਇਹ ਦੁੰਦਾ ਹੁਣ ਹੋਇਆ ਖੜਾ ਹੈ ਮਾਸ਼ਾਅੱਲਾ ਤਕੜਾ ਜ ਤਕੜਾ ਬਰੀਡਰ ਹੈ ਵਜ਼ਨ ਕਾਟਜ ਨਸਲੇ ਜ ਇਹ ਦੇਖੋ ਚੌੜਾ ਮੱਥਾ ਠੀਕ ਹੈ ਅੱਖ ਪੀਲੀ ਚੁੰਜਲਾ ਸਿਰ ਠੀਕ ਹੈ ਇਹ ਸਾਰੀਆਂ ਖੂਬੀਆਂ ਇੰਦੇ ਚਿੰ ਜਿਹੜੀਆਂ ਤੁਸੀਂ ਨੀਵੇ ਜਾਣਦੇ ਇਹਦੀ ਕੀਮਤ ਸਿਰਫ दो लाख रुपए प्यार मोहब्बत कार गा मसला कोई नहीं पिछड़े ले बिया जी ए ब्रीडर ए देखो माशाल्लाह ए भी चार डंडा है जे ए ठीक है ए फुल मथा चूंजाला ठीक है कान देखो वजन वेट देखो घाटे घट सौ किलो वजन हो सी जिंदा कशे उत्ते तले थी सी मैं हूं यो वजन तो नहीं बराबर का अंदाजा है इनकी कीमत दो लाख रुपए प्यार मोहब्बत थी वैसी रहा करे सो तो इंशाल्लाह बिया ए ब्रीडर सुफेद ठीक है आज पहले पहले, पहले ब्रीडर आने पर ए सुफेद ब्रीडर है ए खीर है ए खीर है देखो अजा ही डांद नहीं त्रोड़े इनकी कीमत एक लाख ਤੇ 10000 ਰੁਪਏ ਸਕਰੀਨ ਸ਼ਾਟ ਮਰੇ ਸੋ ਇਨਸ਼ਾ ਅੱਲਾ ਸੌਦਾ ਤੇ ਵੈਸੀ ਪਿਆਰ ਮੁਹੱਬਤ ਕਰ ਗਿਨ ਸਾ ਮਸਲਾ ਕੋਈ ਨਹੀਂ ਜਿਹੜੇ ਮੈਂ ਅਕਸਾ ਪਿਆਰ ਮੁਹੱਬਤ ਕਰੇ ਸਾ ਉਹਦੇ ਮੈਂ ਕਰੇ ਸਾ ਜਿਹੜੇ ਮੈਂ ਅਕਸਾ ਕਹਿਣਾ ਕਰੇ ਸਾ ਉਹਦੇ ਕਹਿਣਾ ਕਰੇ ਸਾ ਭਈਆ ਜੀ ਇਹ ਪਿਚੁਰਲ ਖੋ ਬਸ ਬਸ ਇਹ ਗੱਭਾ ਨੇ ਮਾਸ਼ਾ ਅੱਲਾ ਤਿਆਰ ਹੈ ਦੂਜਾ ਵਾਰ ਇਹਦਾ ਹਵਾਨਾ ਦਿਖਾ ਭਈ ਇਹ ਠੀਕ ਹੈ ਦੂਜਾ ਵਾਰ ਹੈ 6 ਦੰਦਾਂ ਹੈ ਜੇ ਦੂਜਾ ਵਾਰ ਹੈ 6 ਦਿਨਾਂ ਦੇ ਮਾਸ਼ਾਅੱਲਾ ਇਤਿਆਰ 10 15 ਦਿਨਾਂ ਤੱਕ ਦੇਵੇ 20 ਦਿਨਾਂ ਤੱਕ ਦੇਵੇ ਬੱਚਾ ਦੇਣ ਵਾਲੀ ਠੀਕ ਹੈ ਇਹਦੀ ਕੀਮਤ 1 ਲੱਖ ਤੇ 10000 ਰੁਪਏ ਇਨਸ਼ਾਅੱਲਾ ਸਕਰੀਨ ਸ਼ਾਟ ਮਰੇ ਸੋ ਸੌਦਾ ਥੀ ਵੈਸੀ ਬਈ ਜੀ ਇਹ ਡੇਢ ਦੋ ਮਾਂ ਦੀ ਗੱਭਣੇ ਗਰੰਟੀ ਮੇਰੀ ਪਈਆ ਖਨ ਦੁੱਧ ਵੀ ਹੈ ਵਾਰਾ ਇਹ ਦੂਜਾ ਹੈ ਠੀਕ ਹੈ ਵਾਰਾ ਇਹ ਦੂਜਾ ਹੈ ਇਹ ਦੇ ਸਾਰੇ ਪੂਰੇ 70000 ਰੁਪਏ ਦੀ ਇਹਦੇ ਪਿਆਰ ਮੁਹਬਤ ਮੈਂ ਕਹਿ ਨਾ ਕਰੈ ਸਾਂ ਪੂਰੇ 70000 ਦੀ ਦੇ ਸਾਂ ਪਿਆਰ ਮੁਹਬਤ ਕਹਿਣਾ ਦੇ ਸਾਂ ਕਰੈ ਸਾਂ 6 ਦੰਦਾ ਹੈ ਚ ਦੂਜਵਾਰੇ 1.5 ਦੋ ਮਾਂ ਦੀ ਮੇਰੀ ਗਰੰਟੀ ਹੋ ਸੀ ਅਗਰ ਤੁਸਾ ਘਿਨ ਵੈਸੋ ਅਗਰ ਇਹ ਗਬੜ ਨਾ ਨਿਕਲੀ 5000 ਮਹੀਨੇ ਦੀ ਚਰਾਵੀ ਦੇ ਸਾਂ ਆਉਣ ਵਜੰਦਾ ਕਿਰਾਇਆ ਦੇ ਸਾਂ ਇਹਦੀ ਕੀਮਤ 70000 ਰੁਪਏ ਭਈ ਇਹ ਸਫੈਦ ਪਹਿਲਾ ਵਾਰਾ ਮਾਸ਼ਾਅੱਲਾ ਦੇਖੋ ਮੈਂ ਤਕੜੀਆਂ ਬੱਕਰੀਆਂ ਘਿਨ ਗਿਆ ਨਾ ਪਹਿਲਾ ਵਾਰੇ ਦੰਦਾ ਦੀ ਅਜਾ ਛਿਗੀ ਨਹੀਂ ਹੋਈ ਇਹ ਠੀਕ ਹੈ ਲਿਖਾ ਬੈਨ ਇਹ ਹਵਾਨਾ ਲਿਖਾ ਇਹ ਪਹਿਲਾ ਵਾਰ ਤਿਆਰ ਹੈ 10 15 ਦਿਨਾਂ ਤੇ 20 ਦਿਨਾਂ ਤੇ ਇਨਸ਼ਾਅੱਲਾ ਬੱਚਾ ਦੇ ਦੇ ਸੀ ਕੋ ਢੱਕਿਆ ਪਹਿਲੇ ਠੀਕ ਹੈ ਇਹਦੀ ਜਿਹੜੀ ਕੀਮਤ ਹੈ ਸਿਰਫ ਲੱਖ ਰੁਪਈਆ ਹੈ ਸਿਰਫ ਲੱਖ ਰੁਪਈਆ ਸਕਰੀਨ ਸ਼ਾਟ ਮਰੇ ਸੋ ਤੇ ਇਨਸ਼ਾਅੱਲਾ ਸੌਦਾ ਥੀ ਵੈਸੀ ਚੱਲ ਭਾਈ ਭਈ ਇਹ ਪੱਟ ਇਹ ਕਰਾਸ ਹੈ 10 15 ਦਿਨਾਂ ਦੀ ਕਰਾਸ ਹੈ ਗਾਰੰਟੀ ਮੇਰੀ ਕੋ ਨਹੀਂ ਕਰਾਸ ਹੈ ਕਰਾਸ ਦੀ ਗਾਰੰਟੀ ਹੈ ਗਭਣ ਦੀ ਗਾਰੰਟੀ ਹੈ कोई नहीं कीमत सिर्फ पताली हजार रुपए की कमी पेशी ना करे सी भैया जी ये दूजा बारा छह दंदा ठीक है ये सवा चार साढ़े चार मां दबा ने यह भी माशाल्लाह तैयार है ठीक है इनकी कीमत सिर्फ नवे हजार रुपये कितनी नवे हजार रुपये प्यार मोहब्बत कहना करे सो माशाल्लाह ये देखो ਇਹ ਤ੍ਰਿਜਾ ਵਾਰ ਹੈ ਠੀਕ ਹੈ ਤ੍ਰਿਜਾ ਵਾਰ ਹੈ ਇਹ ਤਿਆਰ ਹੈ ਮਾਸ਼ਾਅੱਲਾ ਇਹਦਾ ਹਵਾਨਾ ਦਿਖਾ ਬੇ ਹਸਨ ਇੰਤੇ ਦੇਖੋ ਠੀਕ ਹੈ ਇਹ ਤ੍ਰਿਜਾ ਵਾਰ ਹੈ ਤਿਆਰ ਹੈ ਬਿਲਕੁਲ ਬੱਚੇ ਦੇਵਣ ਦੇ ਕਰੀਬ ਹੈ ਠੀਕ ਹੈ ਇੰਦੀ ਜਿਹੜੀ ਕੀਮਤ ਹੈ 1,30,000 ਰੁਪਏ ਕਿਤਨੇ 1,30,000 ਰੁਪਏ ਸਕਰੀਨ ਸ਼ਾਟ ਮਰੇ ਸੋਤੇ ਇਨਸ਼ਾਅੱਲਾ ਪਿਆਰ ਮੁਹੱਬਤ ਤੁਹਾਡੇ ਨਾਲ ਕਰ ਗਿਨ ਸੋ ਵਾਰਾ ਤ੍ਰਿਜਾ ਇਨਸ਼ਾਅੱਲਾ 5-6 ਲੀਟਰ ਦੁੱਧ ਤੁਹਾਨੂੰ ਪੱਕਾ ਦੇਸੀ ਚੱਲ ਭਾਈ ਸਕਰੀਨ ਸ਼ਾਟ ਮਰੇਂਦੇ ਆਸੋਤੇ ਇਨਸ਼ਾਅੱਲਾ ਸੌਦਾ ਥਿੰਦਾ ਸੀ ਭਾਈਆ ਜੀ ਇਹ ਠੀਕ ਹੈ ਜੀ ਇਹ ਪਹਿਲਾ ਵਾਰ ਹੈ ਦਿਖਾ ਭਾਈ ਇਹ ਪਹਿਲਾ ਵਾਰ ਹੈ ਇਹ ਵੀ ਤਿਆਰ ਹੈ ਇਹ ਵੀ 25 ਦਿਨਾਂ ਤੋਂ ਹੀ ਬੱਚਾ ਦੇ ਦੇ ਸੀ ਠੀਕ ਹੈ ਪਹਿਲਾ ਵਾਰ ਹੈ ਤਿਆਰ ਪਾਠ ਠੀਕ ਹੈ ਇਹਦੀ ਜਿਹੜੀ ਕੀਮਤ ਹੈ ਸਿਰਫ 1 ਲੱਖ ਰੁਪਏ ਹੈ ਇਹਦੀ ਸਕਰੀਨ ਸ਼ਾਟ ਮਰੇ ਸੋਤੇ ਇਨਸ਼ਾ ਅੱਲਾ ਸੌਦਾ ਥੇ ਵੈਸੀ ਭਾਈਆ ਜੀ ਇਹ ਇਹ ਜੀ ਦੂਜਾ ਵਾਰ ਹੈ ठीक तो है दूजा वार इनका हवाना दिखा भाई ए माशाल्लाह, इन दिखा भाई अ घाट हवाना है बहु कड़सन ठीक है बहु कड़स ए दूजा वार है ठीक है इंती कीमत जेडी इक लाख ती हजार रुपये है ची प्यार मोहब्बत कारगिल स्क्रीन शॉट मरे सोता ठीक है दूजा वार है इंदी कीमत इक लाख ती हजार रुपये ए जड़ी है ਇਹ ਦੂਜਾ ਵਾਰ ਹੈ ਇਹ ਵੀ ਦਿਖਾ ਵੀ ਜੋੜ ਕੇ ਮਾਸ਼ਾਅੱਲਾ ਇਹ ਬਹੁਤ ਚੰਗੀ ਬੱਕਰੀ ਹੈ ਇਹ ਇਹ ਵੀ ਦੂਜਾ ਵਾਰ ਹੈ ਠੀਕ ਹੈ ਇਹ ਦੂਜਾ ਵਾਰ ਹੈ ਇੰਦੀ ਕੀਮਤ ਹੈ 1,20,000 ਰੁਪਏ ਕਿੰਨੇ 1,20,000 ਰੁਪਏ ਇਹ ਵੀ ਮਾਸ਼ਾਅੱਲਾ ਸਾਢੇ 4 ਮਹੀਨਾ ਦੀ 4 ਮਹੀਨਾ ਦੀ ਗੱਭਣ ਹੈ ਇਹ ਵੀ ਬੱਚਾ ਦੇਵਣ ਦੇ ਕਰੀਬ ਹੈ ਇਹਦੀ ਸਕਰੀਨ ਸ਼ਾਟ ਮਰੇ ਸੋ ਤੇ ਇਨਸ਼ਾਅੱਲਾ ਸੌਦਾ ਥੀ ਵੈਸੀ ਪਰੇਸ਼ਾਨੀ ਦੀ ਗੱਲ ਕੋਈ ਨਹੀਂ ਭਈਏ ਜੀ ਇਹ ਇਹ ਦੇਖੋ ਇਹ ਤੀਜਾ ਵਾਰ ਹੈ ਠੀਕ ਹੈ ਦਿਖਾ ਭਾਈ ਹਵਾਂ ਨਾ ਦਿਖਾ ਮਾਸ਼ਾਅੱਲਾ ਇਹ ਥੋੜੀ ਜੀ 4 ਮਹੀਨਾ ਦੀ ਗੱਭਾਂ ਨੇ ਠੀਕ ਹੈ ਇਹ ਉਹਨਾਂ ਤੋਂ ਲੇਟ ਹੈ ਠੀਕ ਹੈ ਇਹਦੀ ਕੀਮਤ ਹੈ 1 ਲੱਖ ਤੇ 20000 ਰੁਪਏ ਜਿਤਨੇ 1 ਲੱਖ 20000 ਰੁਪਏ ਇਹਦੇ ਸਕਰੀਨ ਸ਼ਾਟ ਮਰੇ ਸੋਤੀ ਇਨਸ਼ਾਅੱਲਾ ਸੌਦਾ ਥੀ ਵਸ ਇੰਦੀ ਨਿਸ਼ਾਨੀ ਹੈ ਕੰਨਾਂ ਦੇ ਉੱਤੇ ਥੋੜਾ ਥੋੜਾ ਸਫੈਦ ਠੀਕ ਹੈ ਜੀ ਅੱਲਾ ਖੈਰ ਕਰੇ ਭਈਆ ਜੀ ਇਹ ਇੱਕ ਕੰਨ ਵਾਲੀ ਠੀਕ ਹੈ ਕੰਮ ਦਾ ਮਸਲਾ ਕੋ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਕੋ ਨਹੀਂ ਇਹ ਫਾਰਮ ਦੇ ਟੋਣੇ ਛੋਣੇ ਉਹਨੇ ਥੀ ਵਨ ਇਹਦਾ ਨਿਸ਼ਾਨ ਇਹ ਠੀਕ ਹੈ ਇਹ ਦੂਜਾ ਵਾਰ ਹੈ ਦਿਖਾ ਭਾਈ ਇਹ ਦੂਜਾ ਵਾਰ ਹੈ ਠੀਕ ਹੈ ਇਹਦੀ ਕੀਮਤ ਜਿਹੜੀ ਹੈ 1 ਲੱਖ ਰੁਪਏ ਹੈ ਇਹ ਵੀ 4 ਮਹੀਨਾ ਦੀ ਗੱਬਣ ਇਹਦੇ ਸਕਰੀਨ ਸ਼ਾਟ ਮਰੇ ਸੋਤੇ ਇਨਸ਼ਾ ਅੱਲਾ ਸਦਾ ਥੀ ਵੈ ਸੀ ਨਾ ਭਾਈ ਇਹ ਸੇਲ ਇੱਕ ਅੰਦਰ ਖੜਾ ਉਹ ਚਿੱਟੀ ਨਾ ਪਾ ਚਿੱਟੀ ਨਾ ਪਾ खड़। भाई ए वड़ी। ए भी चार महीना गबाने बार है ठीक है इधर हवाना दिखा तीजा बार है माशाल्लाह, ठीक है इनकी जारी कीमत एक लाख त्री हजार रुपये है कितनी एक लाख तीह हजार रुपये स्क्रीन शॉट मेरे सो तीन सौदा ਥੀ ਵੈਸੀ ਪਿਆਰ ਮੁਹੱਬਤ ਥੀ ਵੈਸੀ ਜਿਹੜੇ ਮੈਂ ਅਕਸਾ ਪਿਆਰ ਮੁਹੱਬਤ ਥੀ ਸੀ ਹੁੰਦੇ ਥੀ ਸੀ ਜਿਹੜੇ ਮੈਂ ਨਾ ਅਕਸਾ ਹੁੰਦੇ ਪਿਆਰ ਮੁਹੱਬਤ ਨਾ ਥੀ ਸੀ ਹੁੰਦੇ ਕਹਿਣਾ ਥੀ ਸੀ ਇਹਦੀ ਕੀਮਤ 1 ਲੱਖ 30 ਹਜ਼ਾਰ ਰੁਪਏ ਹੈ ਸਕਰੀਨ ਸ਼ਾਟ ਮਰੇ ਸੋ ਸਾਦਾ ਥੀ ਵੈਸੀ ਇਹ ਜੀ ਛੋਟਾ ਬਰੀਡਰ ਠੀਕ ਹੈ ਗਦਰੇ ਕਲਰ ਵਿੱਚ ਬਹੁਤ ਚਲਾਕੀਆਂ ਕਰਨ ਦੇ ਠੀਕ ਹੈ ਇਹਦੀ ਕੀਮਤ ਜਿਹੜੀ ਹੈ 1 ਲੱਖ ਇਹ ਸੌਰੀ ਸਿਰਫ 30 ਹਜ਼ਾਰ ਰੁਪਏ ਠੀਕ ਹੈ ਸਿਰਫ 30 ਹਜ਼ਾਰ ਰੁਪਏ 1 ਲੱਖ 30 ਨਹੀਂ ਛੜਾ 30 ਮੈਂ ਭੁੱਲ ਗਿਆ ਸੌਰੀ ਇਹ ਬਹੁਤ ਅੱਛਾ ਹੈ ਅਚੀ ਨਸਲ ਦੇ ਜਿਹੜੀ ਸੇਲ ਹੋਈ ਖੜੀ ਇਹਨਾਂ ਵੱਡੀ ਬੱਕਰੀ ਹੁੰਦਾ ਦੋਤਰੇ ਠੀਕ ਹੈ ਇਹਦੀ ਸਕਰੀਨ ਸ਼ਾਟ ਮਰੇ ਸੋਤੇ ਇਨਸ਼ਾ ਅਲਾ ਸਾਦਾ ਠੀ ਵੈਸੀ ਇਹਦੀ ਕੀਮਤ 30000 ਰੁਪਏ ਠੀਕ ਹੈ ਜੀ ਸਾਰੀਆਂ ਬੱਕਰੀਆਂ ਤੁਹਾਂ ਕੋ ਦਿਖਾਈਆਂ ਇਹ ਇਹ ਬੱਕਰੀਆਂ ਕਿਸੇ ਦੀ ਨਹੀਂ ਆਇਆਂ ਹੋਈਆਂ ਪਿੰਡੀ ਚ ਬੱਕਰੀਆਂ ਕਾਰਡ ਛੋੜੋ ਅੱਛਾ ਤੁਹਾਨੂੰ ਮੈਂ ਗੱਲ ਦਸਾਉਣਾ ਚਾਹਾਂ ਤਾਰਿਕ ਰਾਜਪੂਤ ਬਾਬਰ ਹਰੂਨਾਬਾਦ ਵਾਲੇ ਨੇ ਕਮੈਂਟ ਕੀਤਾ ਹ ਕਿ ਚਵਰ ਕਾ ਕਿਸ ਟਾਈਮ ਦੇਣਾ ਚਾਹੀਦਾ ਅਗਰ ਤੁਹਾਡੀ ਬੱਕਰੀ ਹਵਾਨਾ ਨਹੀਂ ਬਣਾਇਆ ਅਗਰ ਤੁਹਾਡੀ ਬੱਕਰੀ ਹਵਾਨਾ ਨਹੀਂ ਬਣਾਇਆ ਤਾਂ ਤੁਹਾਡੀ ਬੱਕਰੀ ਜਿਸ ਟਾਈਮ ਬੱਚਾ ਦੇਵੇ ਤੀਜੀ ਦਿਵਾਰ ਉਹ ਚਵਰ ਕਾ ਸ਼ੁਰੂ ਕਰ ਦਿਓ ਤਰੇ ਦਿਵਾਨਾ ਦੇ ਵਿੱਚ ਉਹ ਬੋਤਲ ਮੁਕਾਉਣੀ ਹੈ ਤੁਸਾਂ ਠੀਕ ਹੈ ਤਰੇ ਦਿਵਾਨਾ ਚ ਉਹ ਬੋਤਲ ਤੁਸਾਂ ਮੁਕਾਉਣੀ ਹੈ ਤੁਸਾਂ ਦਾ ਆਦੀ ਨੂੰ ਪਿਲਾ ਸਕਦੇ ਕੋਈ ਮਸਲਾ ਨਹੀਂ ਇਨਸ਼ਾਅੱਲਾ ਦੁੱਧ ਤੁਹਾਡਾ ਫੁੱਲ ਕਾਢਾ ਸੀ ਮੈਂ ਮੁਖਤ ਬੰਸ਼ ਬਰੇ ਕਿਉਂ ਦੇਣਾ ਕਿਉਂਕਿ ਇਹ نسل ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪਿਆਰੀ ਨਸਲ ਹੈ ठीक है ये मेरा मशवरा देवा थाकू मेरी इबादत है ठीक है कोई मेरा एहसान नहीं कोई कशे नहीं ये सारा हक बन रहा मुसलमाना का इन चीज का दसों इलाज दा क्योंकि हजूर पाक सल्हलम ने फरमाए कि दुनिया कोई पैगंबर नहीं आया जैसे बकरियां ना चराइया होंगे सारा पैगम्बर बकरियाँ चराइय ठीक है हाँ मैं अनपढ़ जी हाँ मेरी गाल तो तनगीज नहीं करनी ਨਹੀਂ ਕੋਈ ਗਲਤ ਕਮੈਂਟ ਕਰਨਾ ਠੀਕ ਹੈ ਸਾਰੀਆਂ ਬੱਕਰੀਆਂ ਮੈਂ ਤੁਹਾਨੂੰ ਦਿਖਾਈਆਂ ਇਨਸ਼ਾਅੱਲਾ ਤੁਸਾਂ ਸਕਰੀਨਸ਼ਾਟ ਮਰੇਂਦੇ ਆਸੋ ਤਾਂ ਸੌਦਾ ਥੀਂਦਾ ਸੀ ਅੱਛਾ ਕਾਲ ਨੰਬਰ ਮੇਰਾ ਲਿਖੀ ਨੋ 0311 784 3734 ਵਟਸਐਪ ਨੰਬਰ ਮੇਰਾ 0346 658 97 16 ਲੋਕੇਸ਼ਨ ਮੇਰੀ ਜ਼ਿਲ੍ਹਾ ਲਈਆ ਚਾਕ ਨੰਬਰ 112 ਡੋਗਰਾ ਵਾਲਾ ਇਨਸ਼ਾਅੱਲਾ ਤੁਸਾਂ ਸਕਰੀਨਸ਼ਾਟ ਮਰੇ ਸੋ ਤਾਂ ਇਨਸ਼ਾਅੱਲਾ ਤੁਹਾਡੇ ਨਾਲ ਸੌਦਾ ਥੀ ਵੈਸੀ ਅਗਰ ਤੁਸਾਂ ਬਿਆਨਾ ਭੇਜੇਂਦੇ ਵੇ आधवे बाकी पेमेंट अतूंता बकरी खेलो तुसा आदे वे हाजी मुहम्मद अस पेमेंट पूरी पे करें पे तो तुसा पूरी पेमेंट पे, पे करो तो इनशाला बकरी कारगो करगो का खर्चा थोड़ा रस्ते खुदा ना खासा कोई वादा घाटा जानवर ना थे ना जिम्मेदार हो सो न गाड़ी आये जिम्मेदार होस अल्लाह माल के हवा करैर कर मेरे चैनल को अगर सब्सक्राइब नहीं वे कि भला करी हो बेल बटन ही दबाओ मिलते हैं अगली वीडियो पाकिस्तान जिंदाबाद